ਤਾਸ਼ ਦੀ ਆਦਤ ਤਾਸ਼ ਦੀ ਆਦਤ ਕਹਾਣੀ ਦਾ ਸਾਰ ਲਿਖੋ ਜਾਂ ਤਾਸ਼ ਦੀ ਆਦਤ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ ਇਸ ਦਾ ਉੱਤਰ ਹੈ ਤਾਸ਼ ਦੀ ਆਦਤ ਕਹਾਣੀ ਪੰਜਾਬ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਮਾਪਿਆਂ ਦੇ ਝਾੜ-ਚੰਬ ਵਾਲੇ ਰਵੱਈਏ ਤੇ ਬੁਰੇ ਚਰਿੱਤਰ ਦੇ ਬੱਚਿਆਂ ਉੱਪਰ ਪੈਂਦੇ ਪ੍ਰਭਾਵ ਨੂੰ ਪੇਸ਼ ਕੀਤਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਸ਼ੇਖ ਅਬਦੁੱਲ ᱩਮੀਦ ਸਬ ਇੰਸਪੈਕਟਰ ਨੇ ਕਰ आंदया ही अपने नौकर रही में मेरा अपने पुत्र बशीर ने बुलाया वह अपने मेहते बैठ गए तो साल बशीर भी सामने बैठा शेख साहब ने उसनू बड़े गुस्से पूछा कि वह अज खेडी सी उसने पहला तो बशीर ने इनकार कर दिया पर जो शेख साहब ने कहा कि उन्होंने उसू ताश खेड अखी देखा तो वह मन गया शेख साहेब ने ਉਸ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਗੁਨਾਹ ਹੈ کئی ਗੁਨਾਹ ਨੂੰ ਜਨਮ ਦਿੰਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਉਸ ਨੇ ਤਾਂਸ਼ ਖੇਡਣ ਦੇ ਗੁਨਾਹ ਨੂੰ ਲਈ ਝੂਠ ਬੋਲਣ ਦਾ ਗੁਨਾਹ ਕਰ ਦਿੱਤਾ ਫਿਰ ਉਹਨਾਂ ਦੱਸਿਆ ਕਿ ਤਾਂਸ਼ ਦੀ ਕਿਸਮ ਦਾ ਜੂਆ ਹੈ ਤੇ ਇਸ ਦੀ ਪੜਿਆਦਈ ਕਾਦਮੀ ਤੋਂ ਦੂਜੇ ਆਦਮੀ ਤੱਕ ਫੈਲਦੀ ਹੈ ਬशीर ਉਹਨਾਂ ਦੀ ਗੱਲਾਂ ਨੂੰ ਬੜੀ ਬੇਧਿਆਨੀ ਨਾਲ ਸੁਣ ਰਿਹਾ ਸੀ ਅਤੇ ਮੇਜ਼ ਉੱਪਰ ਪਈਆਂ ਚੀਜ਼ਾਂ ਨੂੰ ਛੇੜਨ ਜਾਂ ਖਰਾਬ ਕਰਨ ਵਿੱਚ ਰੁੱਝਿਆ ਹੋਇਆ ਸੀ ਇੰਨੇ ਨੂੰ ਸ਼ੇਖ ਸਾਹਿਬ ਨੂੰ ਬਾਬ ਪਰਸ਼ੋਤਮ ਦਾਸ ਦਾ ਫੋਨ ਆਇਆ ਜਿਸ ਤੋਂ ਸ਼ੇਖ ਸਾਹਿਬ ਨੇ ਲਾਟਰੀ ਦੇ ਟਿਕਟਾਂ ਲਈਆਂ ਸਨ ਸ਼ੇਖ ਸਾਹਿਬ ਉਸਨੂੰ ਕਹਿ ਰਹੇ ਸਨ ਕਿ ਉਹਨਾਂ ਦੀ ਲਾਟਰੀ ਕੱਢੇ ਫਾਇਲਾਂ ਤੋਂ ਬਰੰਟਾਂ ਦੇ ਮਜਮੂਨਾ ਵੱਲ ਧਿਆਨ ਦਿੰਦੇ ਸ਼ੇਖ ਸਾਹਿਬ ਮੁਸ਼ੀਰ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤਾਂਸ਼ ਤੋਂ ਜੂਆ ਤੇ ਜੂਏ ਤੋਂ ਚੋਰੀ ਦੀ ਆਦਤ ਪੈਂਦੀ ਹੈ ਤੇ ਸਿੱਟੇ ਵਜੋਂ ਆਦਮੀ ਜੇਲ੍ਹ ਚਲਾ ਜਾਂਦਾ ਹੈ ਸ਼ੇਖ ਸਾਹਿਬ ਮੁਸ਼ੀਰ ਨੇ ਬਸ਼ੀਰ ਦਾ ਧਿਆਨ ਮੇਜ਼ ਤੇ ਪਈਆਂ ਚੀਜ਼ਾਂ ਨੂੰ ਛੇੜਨ ਦੇ ਖਰਾਬ ਕਰਨ ਤੋਂ ਨਾ ਹਟਦਾ ਦੇਖ ਕੇ ਉਸ ਨੂੰ ਆਪਣੀਆਂ ਨਸੀਤਾਂ ਵਿੱਚ ਕੋਈ ਰੁਚੀ ਨਾ ਦੇ ਕੇ ਉਸ ਨੂੰ ਚੰਗੇ ਤਰ੍ਹਾਂ ਡਾਂਟਿਆ ਤੇ ਕਿਹਾ ਇਹ ਪੁਲਿਸ ਅਫਸਰ ਦੇ ਰੂਪ ਵਿੱਚ ਉਸ ਦਾ ਕੰਮ ਜੁਰਮਾਨਾ ਨੂੰ ਘਟਾਉਣਾ ਹੈ ਪਰ ਜੇਕਰ ਉਸ ਦਾ ਆਪ ਦਾ ਪੁੱਤਰ ਹੀ ਤਾਂ ਸ਼ੱਤ ਜੂਆ ਖੇਡਣ ਲੱਗ ਪਵੇਗਾ ਤਾਂ ਦੁਨੀਆ ਕੀ ਕাবেਗੀ ਕੀ ਕাবেਗੀ ਐਨਨੂ ਸ਼ੇਖ ਸਾਹਿਬ ਦਾ ਇੱਕ ਸਪਾਈ ਅੰਦਰ ਆਇਆ ਜਿਸ ਨੂੰ ਕਿ ਉਹਨਾਂ ਨੇ ਸਾਮੀਆਂ ਨਾਲ ਰਕਮਾਂ ਖਰੀਆਂ ਕਰਨ ਲਈ ਰੱਖਿਆ ਹੋਇਆ ਸੀ ਉਸਨੇ ਦੱਸਿਆ ਕਿ ਬੁੱਗੀ ਬਦਮਾਸ਼ ਨੇ ਦੇ ਆਦਮੀ ਦਸਹਰੇ ਵਿੱਚ ਜੂਏ ਦਾ ਡੱਡਾ ਲਾਉਣਾ ਚਾਹੁੰਦੇ ਹਨ ਜੂਏ ਦਾ ਡੱਡਾ ਲਾਉਣਾ ਚਾਹੁੰਦੇ ਹਨ ਉਸਨੇ ਉਹਨਾਂ ਤੋਂ ਸ਼ੇਖ ਸਾਹਿਬ ਲਈ 250 ਰੁਪਏ ਮੰਗੇ ਹਨ ਪਰ ਹੁਣ ਉਹ ਆਪ ਹੀ ਉਹਨਾਂ ਨਾਲ ਇਸ ਬਾਰੇ ਗੱਲ ਕਰਨ ਲਈ ਆਏ ਸਨ ਸ਼ੇਖ ਸਾਹਿਬ ਉਹਨਾਂ ਨਾਲ ਗੱਲ ਕਰਨ ਲਈ ਬਾਹਰ ਜਾਣ ਲਈ ਉੱਠਦੇ ਹਨ ਉਹ ਉੰਗ ਰੇਬ ਬशीर ਨੂੰ ਦਬਕੇ ਨਾਲ ਜਗਾਉਂਦੇ ਹਨ ਤੇ ਕਹਿ ਰਹੇ ਕਹਿੰਦੇ ਹਨ ਕਿ ਉਹ ਫਿਰ ਤਾਂchnਾ ਖੇਡੇ ਉਹਨਾਂ ਦੇ ਜਾਨਮੰਗਰ ਬशीर ਆਕੜਾ ਪੰਨ ਕੇ ਨੱਚਦਾ ਪੜਕਦਾ ਬਾਹਰ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਪ੍ਰਸ਼ਨ ਦੂਸਰਾ ਨਾਨਕ ਸਿੰਘ ਦੀ ਕਹਾਣੀ ਤਾਂ ਦੀ ਆ ਦਾ ਵਿਸ਼ਾ ਸਪਸ਼ਟ ਕਰੋ ਜਾਂ ਤਾਂ ਦੀ ਆਦਤ ਕਹਾਣੀ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰੋ ਉੱਤਰ ਤਾਸ਼ ਦੀ ਆਦਤ ਨਾਨਕ ਸਿੰਘ ਦੀ ਲਿਖੀ ਹੋਈ ਕ ਸਵਾਦਲੀ ਤੇ ਰੋਚਕ ਕਹਾਣੀ ਹੈ ਇਸ ਕਹਾਣੀ ਦਾ ਵਿਸ਼ਾ ਮਾਪਿਆਂ ਦੇ ਝਾੜ ਚੰਬ ਵਾਲੇ ਰਵਈਏ ਤੇ ਬੁਰੇ ਚਰਿੱਤਰ ਦੇ ਬੱਚਿਆਂ ਉੱਪਰ ਪ੍ਰਭਾਵ ਨੂੰ ਪੇਸ਼ ਕਰਨਾ ਹੈ ਕਹਾਣੀ ਵਿੱਚ ਸੇਖ ਸਾਹਿਬ ਪੁਲਿਸ ਵਿੱਚ ਇਨਸਪੈਕਟ ਸਬ ਇਨਸਪੈਕਟਰ ਹੈ ਉਹ ਆਪਣੇ 5 ਸਾਲਾਂ ਦੇ ਪੁੱਤਰ ਬਸ਼ੀਰ ਨੂੰ ਤਾਸ਼ ਖੇਡਣ ਦੀ ਬੁਰੀ ਆਦਤ ਤੋਂ ਹਟਾਉਣਾ ਚਾਹੁੰਦੇ ਹਨ ਪਰੰਤੂ ਉਸ ਦਾ ਉਸ ਪ੍ਰਤੀ ਰਵੱਈਆ ਇੱਕ ਮੌ ਪਰੇ ਹਮਦਰਦ ਬਾਪ ਦੀ بجائے ਪੁਲਿਸ ਅਫਸਰ ਵਾਲਾ ਹੈ ਉਹ ਉਸ ਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਬਿਠਾ ਕੇ ਗੁੱਸੇ ਤੇ ਧਮਕਾਇ ਪਰੇ ਟੰਗ ਨਾਲ ਪੇਸ਼ ਆਉਂਦਾ ਹੈ ਜਿਵੇਂ ਉਹ ਥਾਣੇ ਵਿੱਚ ਮਜਰਮਾ ਨਾਲ ਪੇਸ਼ ਆਉਂਦਾ ਹੈ ਉਹ ਉਸ ਨੂੰ ਬੜੇ ਗੁੱਸੇ ਨਾਲ ਬੁਲਾ ਕੇ ਤਾਸ਼ ਖੇਡੀ ਹੋਈ ਹੋਣ ਬਾਰੇ ਪੁੱਛਦਾ ਹੈ ਤਾਂ ਡਰੇ ਹੋਏ ਵਸ਼ੀਨ ਨੇ ਇਨਕਾਰ ਕਰਨ ਤੇ ਉਹ ਉਸ ਨੂੰ ਉਸ ਤੋਂ ਇਸੇ ਤਰ੍ਹਾਂ ਇਕਬਾਲ ਕਰਾਉਣਾ ਦਾ ਯਤਨ ਕਰਦਾ ਹੈ ਜਿਸ ਤਰ੍ਹਾਂ ਉਹ ਮੁਜਰਮਾ ਨਾ ਕਰਦਾ ਹੈ ਉਹ ਕਹਿੰਦਾ ਹੈ ਕਿ ਉਸਨੇ ਉਸ ਨੂੰ ਤਾਸ਼ ਖੇਡਦਾ ਅੱਖੀ ਦੇਖਿਆ ਹੈ ਇਸ ਤੇ ਉਸ ਦੁਆਰਾ ਤਾਸ਼ ਖੇਡਣ ਸੰਬੰਧੀ ਮਨਜ਼ਾਨ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਇਸੇ ਤਰੀਕੇ ਨਾਲ ਵੱਡੇ ਵੱਡੇ ਮੁਜਰਮਾ ਤੋਂ ਇਕਬਾਲ ਕਰਾ ਲੈਂਦਾ ਹੈ ਬਸ਼ੀਰੇ ਨਾਲ ਗੱਲ ਕਰਦੇ ਆ ਮਜਰਮਾਨ ਦੇ ਵਾਰੰਟਾ ਨਾਲ ਸੰਬੰਧਿਤ ਫਾਈਲ ਦਾ ਕੰਮ ਕਰੀ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਨਜ਼ਰ ਵਿੱਚ ਪੱਕੇ ਹੋਏ ਮਜਰਮਾ ਅਤੇ 5 ਸਾਲਾਂ ਦਾ ਆਪਣਾ ਮਸੂਰ ਬੱਚਾ ਬਰਾਬਰ ਹੀ ਹਨ ਫਿਰ ਉਹ ਉਸ ਨੂੰ ਤਾਸ਼ ਦੇ ਨੁਕਸਾਨਾਂ ਬਾਰੇ ਦੱਸਦਾ ਹੈ ਬਾਰੇ ਕਹਿੰਦਾ ਹੈ ਕਿ ਉਹ ਇੱਕ ਗੁਨਾਹ ਦੂਜੇ ਗੁਨਾਹ ਨੂੰ ਜਨਮ ਦਿੰਦਾ ਹੈ ਜਿਵੇਂ ਉਸ ਨੂੰ ਤਾਸ਼ ਦਾ ਗੁਨਾਹ ਲੁਕਾਉਣ ਲਈ ਝੂਠ ਬੋਲਣਾ ਪਿਆ ਉਹ ਹੋਰ ਕਹਿੰਦਾ ਹੈ ਕਿ ਤਾਸ਼ ਦੀ ਆਦਿਵਾਦੀ ਪਾਦੀ ਜੂਏ ਵਿੱਚ ਬਦਲ ਜਾਂਦੀ ਹੈ ਇਸ ਤਰ੍ਹਾਂ ਹੋਰ ਕਈ ਜੂਏ ਬਾਜ਼ ਪੈਦਾ ਕਰਦੀ ਹੈ ਇਹ ਆਦਤ ਅਜਿਹੀਆਂ ਗੱਲਾਂ ਕਰਦੇ ਆ ਹੀ ਸ਼ੇਖ ਸਾਹਿਬ ਟੈਲੀਫੋਨ ਉੱਤੇ ਲਾਟਰੀ ਦੇ ਮਾਮਲੇ ਵਿੱਚ ਹਿਰਾਫੇਰੀ ਕਰਨ ਤਾਸ਼ ਛੇਡਣ ਵਾਲਿਆਂ ਵਾਲਿਆਂ ਦੇ ਚੋਰੀ ਕਰਨ ਦੇ ਰਾਹ ਪੈਣ ਤੇ ਪੁਲਿਸ ਦੇ ਵੱਸ ਪੈਣ ਤੇ ਅੰਤ ਬੱਗੀ ਬਦਮਾਸ਼ ਨੂੰ ਰਿਸ਼ਵਤ ਬਦਲੇ ਦੁਸ਼ਹਿਰੇ ਦੇ ਮੇਲੇ ਵਿੱਚ ਜੂਏ ਖਾਣਾ ਲਾਉਣ ਦੀ ਖਲ ਦੇਣ ਬਾਰੇ ਗੱਲਾਂ ਕਰਦਾ ਹੈ ਵਸ਼ੀਰਾ ਇਹ ਸਭ ਕੁਝ ਦੇਖਦਾ ਸੁਣਦਾ ਹੈ ਪਰ ਉਹ 마ਸੂਮ ਵੀ ਹੈ ਜਿਸ ਕਰਕੇ ਉਹ ਉਸ ਦੀਆਂ ਨਸੀਹਤਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ ਤੇ ਉਹਨਾਂ ਦੇ ਸਾਹਮਣੇ ਬੈਠਾ ਕਦੇ ਉਸ ਦੀਆਂ ਮੇਜ਼ ਉੱਤੇ ਪਈ ਪਈ ਐਨਕ ਦੀਆਂ ਕਮਾਨੀਆਂ ਨਾਲ ਛੇੜਛਾੜ ਕਰਦਾ ਹੈ ਕਦੇ ਪਿੰਨ 쿠ਸ਼ਨ ਵਿੱਚੋਂ ਪਿੰਨ ਕੱਢ ਕੇ ਟੇਬਲ ਕਲਾਥ ਵਿੱਚ ਖੋਪਦਾ ਹੈ ਕਦੇ ਕਲਮਦਾਨ ਵਿੱਚੋਂ ਉਂਗਲ ਨਾਲ ਸਿਆਹੀ ਲਾ ਕੇ ਇੱਕ ਕੋਰੇ ਕਾਗਜ਼ 'ਤੇ ਤੀਜੇ ਬਗੋਲੇ ਬਗਾਉਂਦਾ ਹੈ ਕਦੇ ਡੰਕ ਦੀ ਚੁੰਝ ਨਾਲੇ ਫਾਈਲ ਵਿੱਚੋਂ ਬਾਹਰ ਨਿਕਲਦੇ ਕਾਗਜ਼ ਵਿੱਚ ਛੇਕ ਪਾਉਂਦਾ ਹੈ ਤੇ ਕਦੇ ਕਿਸੇ ਕਿਤਾਬ ਦੀ ਜਿਲਦ ਦਾ ਕੱਪੜਾ ਵਿੱਚੋਂ ਅ ਜਿਲਦ ਦਾ ਕੱਪੜਾ ਖਿੱਚ ਕੇ ਪਾੜਦਾ ਹੈ ਸ਼ੇਖ ਸਾਹਿਬ ਉਸ ਦੀ ਮਾਸੂਮੀਅਤ ਨੂੰ ਸਮਝੇ ਬਿਨਾਂ ਗੁੱਸੇ ਵਿੱਚ ਹੀ ਉਸਨੂੰ ਬੇਵਕੂਫ ਗਦਾ ਨਲਾਇਕ ਪਾਜੀ ਆਦਿ ਸ਼ਬਦ ਵਰਤਦੇ ਹੋਏ ਉਸ ਦੀ ਝਾੜ-ਚੰਮ ਕਰਦੇ ਹਨ ਪਰੰਤ ਕਹਾਣੀ ਖਤਮ ਹੋਣ ਉੱਤੇ ਵਸ਼ੀਰਾ ਇੱਕ ਦੋ ਆਕੜਾਂ ਤੇ ਉਬਾਸੀਆਂ ਲੈ ਕੇ ਆਖਾ ਮਲਦਾ ਨੱਚਦਾ ਢੁੱਕਦਾ ਬਾਹਰ ਨਿਕਲ ਜਾਂਦਾ ਹੈ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਇੱਕ ਬਾਪ ਦੁਆਰਾ ਬੱਚੇ ਨੂੰ ਸਮਝਾਉਣ ਲਈ ਉਸ ਦੀ ਉਮਰ ਦੇਖੇ ਬਿਨਾ ਮੋਹ ਪਿਆਰ ਤੋਂ ਸਖਨੇ ਝਾੜ ਚੰਬਵਲ ਭਰੇ ਰਵੱਈਏ ਨੂੰ ਅਪਣਾਉਣ ਦੀ ਪੇਸ਼ ਝਾਕੀ ਪੇਸ਼ ਕਰਦਾ ਹੈ ਇਸ ਦੇ ਨਾਲ ਹੀ ਬੱਚੇ ਨੂੰ ਨਸੀਤਾ ਦੇ ਕੇ ਨੇਕ ਚਰਿੱਤਰ ਨੂੰ ਧਾਰਨ ਕਰਨ ਵਾਲੇ ਬਾਪ ਦਾ ਆਪਣਾ ਖਰਦਾਰ ਪੜਿਸ਼ਟਾਰੀ ਹੈ ਜੋ ਬੱਚੇ ਦੇ ਸਾਹਮਣੇ ਰਹਿੰਦਾ ਹੈ ਐਸੇ ਕਰਕੇ ਬੱਚੇ ਉੱਤੇ ਉਸ ਦੀਆਂ ਨਸੀਤਾਵਾਂ ਦਾ ਕੋਈ ਅਸਰ ਨਹੀਂ ਹੁੰਦਾ ਕਹਾਣੀਕਾਰ ਮਾਪਿਆਂ ਦੇ ਬੱਚਿਆਂ ਪ੍ਰਤੀ ਅਜਿਹੇ ਰਵੱਈਏ ਨੂੰ ਬੜੇ ਮਨੋਵਿਗਿਆਨਿਕ ਤੇ ਵਿਅੰਗਾਤਮਿਕ ਰੂਪ ਵਿੱਚ ਪੇਸ਼ ਕਰਦਾ ਹੈ ਇਸ ਕਹਾਣੀ ਵਿੱਚਲੀ ਘਟਨਾ ਬੜੀ ਚੁਸਤ ਤਿੱਖੀ ਵਾਰਤਾਲਾਪੀ ਅੰਸ਼ ਨਾਲ ਭਰਪੂਰ ਹੈ ਕਥਾਨਾਇਕ ਬੜੇ ਯਥਾਰਤਕ ਤੇ ਪ੍ਰਭਾਵਸ਼ਾਲੀ ਅਤੇ ਅੰਤ ਚਟਪਟਾ ਤੇ ਸੰਜਾਊ ਹੈ। ਇੱਕ ਗੁਣਾ ਨਾਲ ਇਸ ਕਹਾਣੀ ਦਾ ਵਿਸ਼ਾ ਬੜੇ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਹੋਇਆ ਹੈ। ਤਾਂ ਅਗਲਾ ਕੋਸ਼ਿਸ਼ ਪ੍ਰਸ਼ਨ ਹੈ 8 ਲਿਖੇ ਪਾਤਰਾਂ ਦਾ ਚਰਿੱਤਰ ਚਿੱਤਰੋ। ਸ਼ੇਖ ਅਬਦੁੱਲ ਹਮੀਦ ਤੇ ਬਸ਼ੀਰ ਉੱਤਰ ਸ਼ੇਖ ਅਬਦੁੱਲ ਹਮੀਦ ਦਾ ਚਰਿੱਤਰ ਸ਼ੇਖ ਅਬਦੁੱਲ ਹਮੀਦ ਸਾਡੀ ਆਦ ਕਹਾਣੀ ਦਾ ਮੁੱਖ ਪਾਤਰ ਹੈ। वो पुलिस सब इंस्पैक्टर है बशीर उसका पुत्र तेरह नौकर है एक भ्रिष्टारी अफसर के रूप में शेख अब्दुल हमीद एक भ्रिष्टारी अफसर है और रिश्वत लिंदा है उस दे उसने एक सिपाही असामिया रकम खरी कर रखा हुआ है और हैिश्वत ਲੈ ਕੇ ਜੁਰਮ ਨੂੰ ਅੱਖੋਂ ਓਲੇ ਕਰ ਦਿੰਦਾ ਹੈ ਉਹ ਸਰਕਾਰੀ ਕਰਮਚਾਰੀਆਂ ਤੋਂ ਘੱਟ ਤੋਕਰ ਦੇ ਕੰਮ ਡੰਗਰਾਂ ਨੂੰ ਪੱਠੇ ਪਾਉਣਾ ਤੇ ਰਸੋਈ ਦਾ ਕੰਮ ਵੀ ਲੈਂਦਾ ਹੈ ਬਹੁਤ ਗੁੱਸੇ ਕਰਨ ਉਹ ਬशीर ਤੋਂ ਤਾਂਸ਼ ਖੇਡਣ ਵਾਲੇ ਪੁੱਛ ਗਿਸ਼ਟ ਕਰਦੇ ਆ ਤੇ ਫਿਰ ਨਸੀਤਾ ਕਰਦੇ ਆ ਬੜੇ ਗੁੱਸੇ ਨਾਲ ਪ੍ਰੇਸ਼ ਆਉਂਦਾ ਹੈ ਆਪਣੀ ਔਲਾਦ ਦੇ ਵਿਗੜਨ ਤੋਂ ਡਰਨ ਵਾਲਾ ਉਸ ਨੂੰ ਡਰ ਹੈ ਕਿ ਉਸ ਦੀ ਔਲਾਦ ਕੀਤੇ ਵਿਗੜ ਨਾ ਜਾਵੇ ਇਸੇ ਕਾਰਨ ਓਬਿਸ਼ੀਰ ਨੂੰ ਤਾਸ਼ ਵਿੱਚੋਂ ਪੈਦਾ ਹੋਣ ਵਾਲੀਆਂ ਬੁਰਾਈਆਂ ਬਾਰੇ ਦੱਸ ਕੇ ਉਸ ਨੂੰ ਤਾਸ਼ ਖੇਡਣ ਤੋਂ ਰੋਕਦਾ ਹੈ। ਕੰਮ ਵਿੱਚ ਰੁੱਝਿਆ ਰਹਿਣਾ ਰਹਿਣ ਵਾਲਾ ਵਿਅਕਤੀ ਉਹ ਕੰਮ ਵਿੱਚ ਰੁੱਝਿਆ ਰਹਿਣ ਵਾਲਾ ਵਿਅਕਤੀ ਹੈ। ਓਬਿਸ਼ੀਰ ਨੂੰ ਨਸੀਤਾ ਕਰਦਿਆਂ ਵੀ ਆਪਣਾ ਸਰਕਾਰੀ ਕੰਮ ਕਰਦਾ ਰਹਿੰਦਾ ਹੈ। ਹੁਸ਼ਿਆਰੀ ਤੋਂ ਕੰਮ ਲੈਣਾ ਉਹ ਦੋਸ਼ੀ ਤੋਂ ਜੁਰਮ ਦਾ ਇਕਬਾਲ ਕਰਉਣ ਲਈ ਬੜੀ ਹੁਸ਼ਿਆਰੀ ਤੋਂ ਕੰਮ ਲੈਂਦਾ ਹੈ ਉਸ ਤੇ ਉਸ ਨੂੰ ਇਹ ਗੱਲ ਇਹ ਦੱਸ ਕੇ ਸੱਚ ਕਹਿਣ ਲਈ ਹੁਕਸਾਉਂਦਾ ਹੈ ਕਿ ਉਹ ਉਸ ਨੂੰ ਗੁਨਾ ਕਰਦਿਆਂ ਆਪ ਆਪ ਦੇਖਿਆ ਹੈ ਇੱਕ ਅਸਫਲ ਪਿਓ ਉਹ ਪਿਓ ਦੇ ਰੂਪ ਵਿੱਚ ਇੱਕ ਅਸਫਲ ਵਿਅਕਤੀ ਹੈ ਅਸਫਲ ਵਿਅਕਤੀ ਹੈ ਕਿਉਂਕਿ ਉਸ ਦੀਆਂ ਆਪਣੀਆਂ ਬੁਰਾਈਆਂ ਕਾਰਨ ਉਸ ਦੀਆਂ ਨਸੀਹਤਾਂ ਦਾ ਉਸ ਦੇ ਪੁੱਤਰ ਬਸ਼ੀਰ ਉੱਤੇ ਕੋਈ ਅਸਰ ਨਹੀਂ ਹੁੰਦਾ ਨਾਲ ਹੀ ਉਸ ਦਾ ਆਪਣੇ ਮਾਸੂਮ ਪੁੱਤਰ ਨੂੰ ਸੁਧਾਰਨ ਦਾ ਟੰਗ ਪੁਲਸੀਆ ਵਾਲਾ ਹੈ ਬਸ਼ੀਰ ਬਸ਼ੀਰ ਦਾ ਚਰਿੱਤਰ ਬਸ਼ੀਰ ਤਾਂ ਇਸ ਦੀ ਆਦ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਸ਼ੇਖ ਅਬਦੁੱਲ ਹਮੀਦ ਦਾ ਸਬ ਇੰਸਪੈਕਟਰ ਦਾ ਪੁੱਤਰ ਹੈ ਉਹ ਸ਼ਕਲ ਤੋਂ ਦੇਖਣ ਨੂੰ ਜੋ ਚਲਾਕ ਤੇ ਸ਼ਰਾਰਤੀ ਪ੍ਰਤੀਤ ਹੁੰਦਾ ਹੈ ਉਂਝ ਪਿਓ ਦੇ ਸਾਮਣੇ ਆ ਕੇ ਉਹ ਇਸ ਤਰ੍ਹਾਂ ਹੋ ਗਿਆ ਜਿਵੇਂ ਉਸ ਵਿੱਚ ਸਾਹ ਸਤ ਹੁੰਦਾ ਹੀ ਨਹੀਂ ਪਿਓ ਦੀਆਂ ਨਸੀਤਾਂ ਦੀ ਪ੍ਰਵਾਹ ਨਾ ਕਰਨ ਵਾਲਾ ਬशीर ਆਪਣੇ ਪਿਓ ਦੀਆਂ ਨਸੀਤਾਂ ਵੱਲ ਬਿਲਕੁਲ ਕੰਨ ਨਹੀਂ ਧਰਦਾ ਉਹ ਜਦੋਂ ਆਪਣੇ ਉਹ ਜਦੋਂ ਉਸ ਦੀਆਂ ਬੁਰਾਈਆਂ ਦੱਸਦਾ ਹੋਇਆ ਨਸੀਤਾਂ ਕਰਦਾ ਹੈ ਤਾਂ ਇਹ ਬਿਲਕੁਲ ਪ੍ਰਵਾਹ ਜਾਂਦਾ ਹੈ ਤੇ ਜਦੋਂ ਉਹ ਬਾਹਰ ਚਲੇ ਗਏ ਤਾਂ ਉਸਨੇ ਖੜੇ ਹੋ ਕੇ ਇੱਕ ਦੋ ਆਕੜਾ ਪੰਨੀਆਂ ਉਬਾਸੀਆਂ ਲਈਆਂ ਅੱਖਾਂ ਮੜੀਆਂ ਤੇ ਨੱਚਦਾ ਪੜਕਦਾ ਬਾਹਰ ਨਿਕਲ ਗਿਆ ਨਿਚਲਾ ਨਾ ਬੈਠਣਾ ਨਿਚੱਲਾ ਨਾ ਬੈਠਣਾ ਉਹ ਨਿਚੱਲਾ ਨਹੀਂ ਬੈਠ ਸਕਦਾ ਜਿੰਨਾ ਚਿਰ ਸ਼ੇਖ ਸਾਹਿਬ ਉਸ ਨੂੰ ਨਸੀਤਾ ਕਰਦੇ ਹਨ ਔਮੇਜ ਦੇ ਉੱਪਰ ਪਈਆਂ ਚੀਜ਼ਾਂ ਨਾਲ ਛੇੜਛਾੜ ਕਰਦਾ ਰਿਹਾ ਤੇ ਉਸਨੇ ਉਨਾਂ ਦੀਆਂ ਨਸੀਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਾਂਸ਼ ਖੱਡਣ ਦਸ਼ਕੀਨ ਉਹ ਤਾਂਸ਼ ਖੱਡਣ ਦਸ਼ਕੀਨ ਹੈ ਪਿਓ ਦੀ ਅਭਰਾਆਂ ਤਾਂ ਪ੍ਰਭਾਵਿਤ ਵਿਚਿਰ ਆਪਣੇ ਪਿਓ ਸਿਕਸ ਦੇ ਪ੍ਰਿਸ਼ਚਾਰ ਤੋਂ ਪ੍ਰਭਾਵਿਤ ਹੈ ਇਸ ਕਰਕੇ ਉਹ ਨਾ ਦੀਆਂ ਨਸੀਤਾਂ ਦੀ ਪ੍ਰਵਾਹ ਨਹੀਂ ਕਰਦਾ ਤਾਂ ਹੁਣ ਆਗੇ ਮਿੱਤਰੋ ਓਕੇ ਸ਼ਬਦਾਂ ਦੇ ਅਰਥ ਤੁਸੀਆਂ ਦਾ ਅਰਥ ਹੈ ਭੜੀਆਂ ਇਕਬਾਲ ਕਰਾਉਣਾ ਦਾ ਅਰਥ ਹੈ ਮੰਨਾਉਣਾ ਮੁਜਲਮਾ ਦੋਸ਼ੀਆਂ ਮੁਜਲਮਾ ਦਾ ਅਰਥ ਹੈ ਦੋਸ਼ੀਆਂ ਮਿਸਾਲ ਦਾ ਅਰਥ ਹੈ ਉਦਾਰਨ ਗੁਨਾਹ ਦਾ ਅਰਥ ਹੈ ਅਰਥ ਹੈ ਕਸੂਰ ਯਾਨੀ ਦਾ ਅਰਥ ਹੈ ਪਾਪ ਚੀਚ ਬਗੋਲੇ ਦਾ ਅਰਥ ਹੈ ਊਟਪਟਾਨ ਸ਼ਕਲਾਂ ਬਣਾਉਣੀਆਂ ਤਾਜੀ ਰਾਤੇ ਹਿੰਦ ਦਾ ਅਰਥ ਹੈ ਇੰਡੀਅਨ ਪੈਨਲ ਕੋਡ ਕਾਨੂੰਨ ਦੀ ਆ ਉਹ ਕਿਤਾਬ ਜਿਸ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲਈ ਸਜ਼ਾਵਾਂ ਲਿਖਿਆ ਹੋਣ ਮੁਰਖਦਾਰਤ ਹੈ ਵਿਦੇਸ਼ ਮੁਜਰਿੰਦਾਰਤ ਹੈ ਦੋਸ਼ੀ ਸਲਾਮਦਾਰਤ ਹੈ ਨਮਸਕਾਰ ਤੇ ਨਸੀਤਾ ਦਾ ਸਿੱਖਿਆਵਾ ਤਾਂ ਦੋਸਤੋ ਅੱਜ ਦਾ ਜਿਹੜਾ ਚੈਪਟਰ ਹੈ ਤਾਂ ਅਸੀਂ ਇਹ ਤੋਂ ਇੱਥੇ ਸਮਾਪਤ ਹੁੰਦਾ ਹੈ ਤਾਂ ਅਗਲਾ ਚੈਪਟਰ ਹੈ ਭਾਬੀ ਮੈਨਾ ਤਾਂ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਬਹੁਤ ਹੀ ਜਲਦ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਜਦੋਂ ਵੀ ਇਹ ਭਾਬੀ ਮੈਨਾ ਦੀ ਵੀਡੀਓ ਆਵੇ ਤਾਂ ਤੁਹਾਨੂੰ ਪਤਾ ਲੱਗ ਜਾਵੇ